ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚੇ ਸੰਗਤ ਮੰਡੀ, ਵਪਾਰੀਆਂ ਨਾਲ ਕੀਤੀ ਮੀਟਿੰਗ। ਦੱਸ ਦਈਏ ਕਿ ਹੁਣ ਜਾ ਰਹੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸੰਗਤ ਮੰਡੀ ਵਿਖੇ ਪਹੁੰਚ ਕੇ ਵਪਾਰੀ ਵਰਗ ਨਾਲ ਮੀਟਿੰਗ ਕੀਤੀ। ਮੰਡੀ ਵਿਖੇ ਸੁਖਬੀਰ ਸਿੰਘ ਬਾਦਲ ਦਾ ਪਹੁੰਚਣ 'ਤੇ ਵਪਾਰੀ ਵਰਗ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਵਪਾਰੀ ਵਰਗ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਹਾਸਲ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਤੋਂ ਹਰ ਵਰਗ ਦੁਖੀ ਹੈ। ਉਹਨਾਂ ਕਿਹਾ ਹੈ ਕਿ ਕਿਸਾਨਾਂ ਦੀ ਮੰਡੀ ਵਿੱਚ ਨਾ ਤਾਂ ਫਸਲ ਵਿਕ ਰਹੀ ਹੈ ਅਤੇ ਨਾ ਹੀ ਵਿਕੀ ਹੋਈ ਫਸਲ ਚੁੱਕੀ ਜਾ ਰਹੀ ਹੈ। ਉਹਨਾਂ ਕਿਹਾ ਹੈ ਕਿ ਇੱਕ ਵਾਰ ਫਿਰ ਹੋਣ ਜਾ ਰਹੇ ਲੋਕ ਸਭਾ ਦੀਆਂ ਚੋਣਾਂ ਵਿੱਚ ਉਹਨਾਂ ਦਾ ਸਾਥ ਦੇ ਕੇ ਉਹਨਾਂ ਦੇ ਹੱਥ ਮਜ਼ਬੂਤ ਕਰੋ, ਫਿਰ ਦੇਖਣਾ ਕਿਸ ਤਰ੍ਹਾਂ ਵਿਕਾਸ ਦੀਆਂ ਹਨੇਰੀਆਂ ਪੰਜਾਬ ਵਿੱਚ ਆਉਣਗੀਆਂ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ ਨੇ ਸੁਖਬੀਰ ਬਾਦਲ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਚੌਥੀ ਵਾਰ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਲੋਕ ਸਭਾ ਵਿੱਚ ਭੇਜਣਗੇ। ਇਸ ਮੌਕੇ ਹਲਕਾ ਇੰਚਾਰਜ ਪ੍ਰਕਾਸ਼ ਸਿੰਘ ਭੱਟੀ, ਸੀਨੀਅਰ ਅਕਾਲੀ ਆਗੂ ਹਰਜੀਤ ਸਿੰਘ ਕਾਲਚਰਾਣੀ, ਜਗਰੂਪ ਸਿੰਘ ਸੰਗਤ, ਭੂਸ਼ਣ ਕੁਮਾਰ, ਰਜਿੰਦਰ ਸਿੰਘ ਲਾਡੀ ਘੁੱਦਾ, ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਰੇਸ਼ਮ ਸਿੰਘ ਘੁੱਦਾ, ਗਊਸ਼ਾਲਾ ਪ੍ਰਧਾਨ ਗੁਰਚਰਨ ਦਾਸ, ਭੂਸ਼ਣ ਕੁਮਾਰ ਸੰਗਤ, ਰੋਹਿਤ ਗੋਗੀ, ਰਕੇਸ਼ ਕੁਮਾਰ ਕਿਸ਼ੀ, ਪ੍ਰਵੀਨ ਚੰਦਰ ਕਾਕਾ, ਚਰਨਾ ਦਾਸ ਅਤੇ ਵੱਡੀ ਗਿਣਤੀ ਵਿੱਚ ਵਪਾਰੀ ਵਰਗ ਹਾਜ਼ਰ ਸੀ। ਇਸ ਇਲਾਕੇ 'ਚ ਕਿਸਾਨਾਂ ਨਾਲ ਬਹੁਤ ਬੇਇਨਸਾਫੀ ਹੋਈ ਹੈ। ਪਹਿਲੇ ਗੜੇ ਨਾਲ ਨੁਕਸਾਨ ਹੋਇਆ, ਕੋਈ ਸਰਕਾਰ ਦਾ ਨੁਮਾਇੰਦਾ ਨਹੀਂ ਆਇਆ, ਕੋਈ ਕੰਪਨਸੇਸ਼ਨ ਨਹੀਂ ਆਈ, ਅਤੇ ਉਹਦੇ ਬਾਅਦ ਹੁਣ ਜਿਹੜੀ ਫਸਲ ਆਈ ਹੈ ਕੋਈ ਚੱਕ ਨਹੀਂ ਰਿਹਾ, ਮੰਡੀਆਂ ਭਰੀਆਂ ਪਈਆਂ, ਲਿਫਟਿੰਗ ਹੈ ਨਹੀਂ, ਅਗਲੀ ਫਸਲ ਆ ਨਹੀਂ ਰਹੀ। ਅਤੇ ਸ਼ੈਲਰ ਵਾਲੇ ਦੱਸ ਰਹੇ ਆ ਉਹਨਾਂ ਦਾ ਵੀ ਮਾਲ ਵੀ ਮੰਡੀਆਂ 'ਚ ਲੱਗ ਰਿਹਾ, ਆਪਣੇ ਗਡਾਊਨਾਂ 'ਚ ਲੱਗ ਰਿਹਾ, ਅਤੇ ਉਹਨਾਂ ਨੂੰ ਵੀ ਪ੍ਰੋਬਲਮ ਆ ਰਹੀ ਹੈ। ਕੋਈ ਆਨਸਰੇਬਲ ਨਹੀਂ, ਕੋਈ ਮੁੱਖ ਮੰਤਰੀ ਹੈ ਨਹੀਂ, ਕੋਈ ਮੰਤਰੀ ਨੂੰ ਕੁਛ ਕਹਿ ਨਹੀਂ ਸਕਦੇ, ਮਤਲਬ ਹੈਡਲੈਸ ਸਰਕਾਰ ਹੈ। ਕਿਹਦੇ ਬਾਰੇ ਮੈਂ ਇਹ ਕਹਿੰਦਾ ਕਿ ਹਸਪਤਾਲ ਜਿਵੇਂ ਇੱਥੇ ਹੈ, ਹਰ ਜਗ੍ਹਾ ਤੇ ਇਹਨਾਂ ਨੇ ਝੂਠ ਬੋਲਿਆ ਸੀ, ਮੁਹੱਲਾ ਕਲੀਨਿਕ ਬਣਾ ਲਏ, ਕਿਹੜੇ ਕਲੀਨਿਕ, ਇੱਥੇ ਡਾਕਟਰ ਹੈ ਨੀ, ਦਵਾਈਆਂ ਹੈ ਨੀ, ਸਾਰੇ ਬੰਦ ਪਏ ਹੈ। ਅੱਜ ਮੈਂ ਸਾਰੇ ਹੀ ਕਹਿ ਰਿਹਾ ਸੀ ਕਿ ਇਸ ਹਸਪਤਾਲ ਬੁਰਾ ਹਾਲ ਹੋਇਆ ਪਿਆ। ਜੇ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਉੱਚੇ ਤੌਰ ਤੇ ਸਾਡੀ ਸੰਗਤ ਮੰਡੀ ਦੇ ਵਪਾਰੀਆਂ ਦੀਆਂ ਸਮੱਸਿਆ ਸੁਣਨ ਲਈ ਆਏ ਸੀ। ਸਾਰੇ ਵਪਾਰੀਆਂ ਨੇ ਉਹਨਾਂ ਨੂੰ ਆਪਣੀ ਆਪਣੀ ਸਮੱਸਿਆ ਦੱਸੀਆਂ, ਜਿਵੇਂ ਸ਼ੈਲਰ ਵਾਲੇ ਬਹੁਤ ਪਰੇਸ਼ਾਨ ਹੈ, ਇਹਨਾਂ ਚਾਵਲ ਨਹੀਂ ਲੱਗ ਰਿਹਾ ਕਿਉਂਕਿ ਸਪੇਸ ਹੈ ਨਹੀਂ, ਰਿਸ਼ਵਤਾਂ ਬਹੁਤ ਵੱਧ ਚੁੱਕੀਆਂ ਨੇ, ਕੋਈ ਬਿਨਾਂ ਪੈਸੇ ਲਏ ਕੰਮ ਨਹੀਂ ਹੁੰਦਾ, ਰਿਸ਼ਤੀਆਂ ਨਹੀਂ ਹੋ ਰਹੀਆਂ ਐਨਓਸੀ ਤੋਂ ਬਿਨਾਂ। ਇਸ ਤੋਂ ਇਲਾਵਾ ਹੋਸਪਿਟਲਾਂ ਦਾ ਇੱਥੇ ਬਹੁਤ ਬੁਰਾ ਹਾਲ ਹੈ ਕਿਉਂਕਿ ਇੱਥੇ ਡਾਕਟਰੀ ਹੈ ਨਹੀਂ। ਅਤੇ ਸੁਖਬੀਰ ਜੀ ਨੇ ਵਿਸ਼ਵਾਸ ਦਵਾਇਆ ਵੀ ਤੁਹਾਡੀ ਸਮੱਸਿਆ ਦਾ ਮੈਂ ਜਲਦੀ ਤੋਂ ਜਲਦੀ ਹੱਲ ਕਰਵਾਵਾਂਗਾ, ਅਤੇ ਇਸ ਕਰਕੇ ਸਾਡੇ ਵਪਾਰੀ ਵਰਗ ਨੇ ਵੀ ਸੰਗਤ ਇਲਾਕੇ ਨੇ ਵਿਸ਼ਵਾਸ ਦਵਾਇਆ ਕਿ ਬੀਬਾ ਹਰਸਿਮਰਤ ਕੌਰ ਬਾਦਲ ਜੀ ਨੂੰ ਇਹ ਚੌਥੀ ਵਾਰ ਰਿਕਾਰਡ ਵੋਟਾਂ ਨਾਲ ਜਿਤਾ ਕੇ ਭੇਜਾਂਗੇ।